ਸਰਕਾਰੀ ਮਾਡਲ ਸਕੂਲ ਚੁਨਾਗਰਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਕੂਲ ਪ੍ਰਿੰਸੀਪਲ ਹਰੀਸ਼ ਕੁਮਾਰ ਦੀ ਯੋਗ ਅਗਵਾਈ ਵਿੱਚ 2 ਰੋਜ਼ਾ ਅਥਲੈਟਿਕ ਮੀਟ ਦੀ ਸ਼ੁਰੂਆਤ ਧੂਮ ਧੜੱਕੇ ਨਾਲ ਕੀਤੀ ਗਈ, ਜਿਸ ਦੇ ਪਹਿਲੇ ਦਿਨ ਦਾ ਉਦਘਾਟਨ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਜੀਤ ਅਰੋੜਾ ਬਿੱਲਾ ਨੇ ਆਪਣੇ ਘਰ ਕਮਲਾਂ ਨਾਲ ਕੀਤਾ। ਅਥਲੈਟਿਕ ਮੀਟ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਰਣਜੀਤ ਅਰੋੜਾ ਨੇ ਜਿੱਥੇ ਸਕੂਲ ਦੇ ਪ੍ਰਿੰਸੀਪਲ ਨੂੰ ਇਸ ਅਥਲੈਟਿਕ ਮੀਟ ਲਈ ਵਧਾਈ ਦਿੱਤੀ, ਉੱਥੇ ਹੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਾਡੇ ਸਕੂਲ 'ਚ ਅਥਲੈਟਿਕ ਮੀਟ ਚੁਣ ਜਾ ਰਹੀਆਂ ਨੇ। ਅਥਲੈਟਿਕ ਮੀਟ 'ਚ ਬਹੁਤ ਸਾਰੇ ਇਵੈਂਟਸ ਹੈ, 22 ਇਵੈਂਟਸ ਟੋਟਲ ਰੱਖੇ ਗਏ ਹੈ ਸਟੂਡੈਂਟਸ ਲਈ, ਲਾਈਕ ਮਟਕਾ ਰੇਸ, ਸੈਕ ਰੇਸ, ਜੈਵਲਿਨ ਥਰੋ, ਡਿਸਕਸ ਥਰੋ। ਬੱਚਿਆਂ ਨੂੰ ਮਤਲਬ ਖੇਡਾਂ ਪ੍ਰਤੀ ਉਜਾਗਰ ਕੀਤਾ ਜਾ ਰਿਹਾ ਕਿ ਸਪੋਰਟਸ ਹੈਲਥੀ ਵੀ ਰੱਖਦੇ ਹੁੰਦੇ ਆ, ਆਪਾਂ ਕਹਿੰਦੇ ਨੇ ਕਿ ਹੈਲਥੀ ਮਾਇੰਡ ਲਿਵਜ਼ ਇਨ ਅ ਹੈਲਥੀ ਬੋਡੀ, ਕਿ ਚੰਗੇ ਸਰੀਰ 'ਚ ਚੰਗਾ ਦਿਮਾਗ ਵੱਸਦਾ, ਤਾਂ ਉਸਦੇ ਲਈ ਖੇਡਾਂ ਬਹੁਤ ਜ਼ਰੂਰੀ ਨੇ। ਇਸ ਲਈ ਬੱਚਿਆਂ ਨੂੰ ਅਸੀਂ ਇਸ ਖੇਡਾਂ ਪ੍ਰਤੀ ਉਜਾਗਰ ਕਰ ਰਹੇ ਹਾਂ, ਇਨਕਰੇਜ ਕਰ ਰਹੇ ਹਾਂ ਕਿ ਸਪੋਰਟਸ ਬਹੁਤ ਅੱਛੇ ਹੁੰਦੇ ਨੇ, ਹੈਲਥ ਲਈ ਵੀ, ਫਿਜ਼ੀਕਲੀ ਵੀ, ਮੈਂਟਲੀ ਵੀ, ਹਰ ਚੀਜ਼ ਲਈ ਹੈਲਥ ਸੋਚੋ, ਕੋਨਫੀਡੈਂਸ ਵੀ ਦਿੰਦੇ ਨੇ, ਵਿਨਿੰਗ ਸਪਿਰਿਟ ਵੀ ਦਿੰਦੇ ਨੇ। ਮਤਲਬ ਸਪੋਰਟਸ ਆਪਾਂ ਬਹੁਤ ਕੁਝ ਪ੍ਰੋਵਾਈਡ ਕਰਦੇ ਹਾਂ, ਇਸ ਲਈ ਅਸੀਂ ਅਥਲੈਟਿਕ ਮੀਟ ਸਟੂਡੈਂਟਸ ਲਈ ਔਰਗਨਾਈਜ਼ ਕੀਤਾ, ਔਰ ਇਹ ਕਾਫੀ ਟਾਈਮ ਬਾਅਦ ਸਾਡੇ ਸਕੂਲ 'ਚ ਔਰਗਨਾਈਜ਼ ਹੋਇਆ, ਔਰ ਆਲੇ ਦੁਆਲੇ ਦੇ ਕਿਸੇ ਵੀ ਸਕੂਲ 'ਚ ਇਸ ਤਰ੍ਹਾਂ ਦੇ ਇਵੈਂਟ ਬਹੁਤ ਘੱਟ ਹੁੰਦੇ ਆ, ਪਰ ਸਾਡੇ ਸਕੂਲ 'ਚ ਫਸਟ ਟਾਈਮ ਹੋ ਰਿਹਾ। ਅਸੀਂ ਬੱਚੇ ਬਹੁਤ ਐਕਸਾਈਟਡ ਨੇ ਗੇਮਸ ਲਈ ਵੀ, ਔਰ ਪਾਰਟੀਸਪੇਸ਼ਨ ਲਈ ਵੀ, ਔਰ ਜਾਣਾ ਤਾਂ ਬਹੁਤ ਜ਼ਰੂਰੀ ਨੇ ਵੀ, ਜਿੰਨੀ ਕੁ ਆਪਣੇ ਲਈ ਪੜ੍ਹਾਈ ਜ਼ਰੂਰੀ ਹੈ, ਖੇਡਾਂ ਵੀ ਉੰਨੀ ਵੀ ਜ਼ਰੂਰੀ ਨੇ ਸਾਡੇ ਵਾਸਤੇ, ਆਪਣੀ ਬੋਡੀ ਵੀ, ਮਤਲਬ ਆਪਾਂ ਵੀ ਹੈਲਦੀ ਰਹਿੰਦੇ ਹਾਂ। ਐਵੇਂ ਤਾਂ ਨੋਰਮਲ ਬੱਚਿਆਂ ਨੂੰ ਟਾਈਮ ਵੀ ਨਹੀਂ ਮਿਲਦਾ ਹੈਗਾ, ਸਕੂਲ ਜਿਹੜੀਆਂ ਈਵੈਂਟ ਕਰਵਾ ਰਹੀ, ਗੇਮਸ ਕਰਵਾ ਰਹੀਆਂ ਨੇ, ਉਹ ਬੱਚਿਆਂ ਦਾ ਵੀ ਮਨੋਰੰਜਨ ਹੁੰਦਾ, ਹੈਲਦੀ ਰਹਿੰਦੇ ਨੇ, ਇਹ ਬਹੁਤ ਜ਼ਰੂਰੀ ਨੇ। ਜਿੰਨੀ ਜ਼ਰੂਰੀ ਆਪਣੇ ਲਈ ਸਟੱਡੀ ਹੈ, ਉੰਨੀ ਜ਼ਰੂਰੀ ਗੇਮਸ ਵੀ ਨੇ। ਮੈਂ ਸਾਰੇ ਸਕੂਲ ਦੇ ਸਟਾਫ ਤੇ ਪ੍ਰਿੰਸੀਪਲ ਨੂੰ ਵਧਾਈ ਦੇਣਾ ਚਾਹੁੰਦਾ, ਜੋ ਇਹ ਉਹਨਾਂ ਨੇ ਉਪਰਾਲਾ ਕੀਤਾ, ਵਧੀਆ ਉਪਰਾਲਾ। ਅੱਜ ਜੋ ਖੇਡਾਂ ਹੀ ਹੈ ਜੋ ਸਮਾਜ ਨੂੰ ਜਾਂ ਨੌਜਵਾਨ ਨੂੰ ਬਚਾ ਸਕਦੀਆਂ, ਕਿਉਂਕਿ ਸਾਰਾ ਨੌਜਵਾਨ ਅੱਜ ਨਸ਼ੇ ਵੱਲ ਵੱਧ ਰਹੀ ਹੈ, ਨੌਜਵਾਨੀ ਪੰਜਾਬ ਦੀ ਹੋਵੇ ਚਾਹੇ ਕਿਸੇ ਵੀ ਸਟੇਟ ਦੀ ਹੋਵੇ, ਇਹ ਖੇਡਾਂ ਹੀ ਹੈ ਜਿਹੜੇ ਨੌਜਵਾਨ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ। ਮਤਲਬ ਨੌਜਵਾਨ ਨੂੰ ਸੰਦੇਸ਼ ਹੈਗਾ ਤੁਹਾਡਾ? ਨੌਜਵਾਨ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ, ਤਾਂ ਜੋ ਦੇਸ਼ ਦਾ ਭਵਿੱਖ, ਜੋ ਨੌਜਵਾਨ, ਜਿਵੇਂ ਆਪਾਂ ਕਹਿੰਦੇ ਹਾਂ ਨੌਜਵਾਨ ਦੇਸ਼ ਦਾ ਭਵਿੱਖ ਹੈ, ਵੀ ਦੇਸ਼ 'ਚ ਇੱਕ ਵਧੀਆ ਨੌਜਵਾਨ ਦੀ ਲਹਿਰ ਉੱਠੇ, ਜੋ ਨਸ਼ਿਆਂ ਅਤੇ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ। ਅੱਜ ਸਰ ਅਸੀਂ ਅਥਲੈਟਿਕ ਮੀਟ ਕਰਵਾ ਰਹੇ ਹਾਂ ਜੀ, ਐਨੁਅਲ ਅਥਲੈਟਿਕ ਮੀਟ, ਜਿਸ ਦੇ ਵਿੱਚ ਸਕੂਲ ਦੇ 427 ਬੱਚੇ ਅਲੱਗ ਅਲੱਗ ਇਵੈਂਟਸ ਦੇ ਵਿੱਚ ਹਿੱਸਾ ਲੈ ਰਹੇ ਹਾਂ, ਔਰ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ, ਜਿਹਦੇ ਅਕੋਰਡਿੰਗਲੀ ਅਸੀਂ ਅੱਜ 2 ਦਿਨ ਹੀ, ਅੱਜ ਸ਼ੁਰੂ ਹੋਈ ਹੈ ਔਰ ਕੱਲ੍ਹ ਖਤਮ ਹੋਏਗੀ, ਜਿਹਦੇ ਵਿੱਚ ਬਹੁਤ ਸਾਰੇ ਇਵੈਂਟਸ ਬੱਚੇ ਜਿਹੜੇ ਇਹਦੇ ਵਿੱਚ ਪਾਰਟੀਸਪੇਟ ਕਰਨਗੇ। ਕੀ ਮੈਸੇਜ ਹੈਗਾ ਤੁਹਾਡਾ ਬੱਚਿਆਂ ਨੂੰ? ਮੈਸੇਜ, ਬੱਚੇ ਖੇਲ ਖੇਲ ਦੇ ਵਿੱਚ ਬਹੁਤ ਕੁਛ ਸਿੱਖਦੇ ਨੇ ਜੀ, ਆਪਣੀ ਜਵਾਨੀ ਨੂੰ ਸੰਭਾਲਣ, ਚੰਗੇ ਰਾਹ ਤੇ ਲੱਗਣ, ਔਰ ਖੂਬ ਪੜ੍ਹਨ, ਔਰ ਆਪਣੇ ਦੇਸ਼ ਦਾ ਨਾਮ ਉੱਚਾ ਕਰਨ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ATV ਨਿਊਜ਼।